ਸਤਿ ਸ਼੍ਰੀ ਅਕਾਲ ਜੀ, ਤੁਸੀਂ ਅਜੀਤ ਵੈਬ ਟੀ ਵੀ ਦੇਖ ਰਹੇ ਹੋ। ਮੈਂ ਸਵਰਨ ਸਿੰਘ ਟਹਿਣਾ ਅਤੇ ਹਰ ਹਫ਼ਤੇ ਦੀ ਤਰ੍ਹਾਂ ਹੀ ਪ੍ਰੋਗਰਾਮ ਮਨੋਰੰਜਕ ਦੁਨੀਆ ਲੈ ਕੇ ਹਾਜ਼ਰ ਹਾਂ। ਅਸੀਂ ਪਿਛਲੇ ਹਫ਼ਤੇ ਵੀ ਗੱਲ ਕੀਤੀ ਸੀ, ਅੱਜ ਫਿਰ ਉਹ ਗੱਲ ਕਰਨੀ ਬਣਦੀ ਹੈ ਕਿ ਕਲਾਕਾਰਾਂ 'ਤੇ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਜੇਕਰ ਉਹ ਉਹਨਾਂ ਜ਼ਿੰਮੇਵਾਰੀਆਂ ਨੂੰ ਮਹਿਸੂਸ ਕਰਨ ਅਤੇ ਉਹਨਾਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੇ ਲਈ ਆਪਣੇ ਫਰਜ਼ ਅਦਾ ਕਰਨ। ਲੰਮੇ ਸਮੇਂ ਤੋਂ ਅਸੀਂ ਕਲਾ ਖੇਤਰ ਦੇ ਵਿੱਚ ਕਈ ਲੋਕਾਂ ਦੀ ਇਹੋ ਜਿਹੀ ਘੁਸਪੈਠ ਦੇਖਦੇ ਹਾਂ ਜਿਨ੍ਹਾਂ ਦੀ ਕਲਾ ਦੇ ਨਾਲ ਕੋਈ ਸਾਂਝ ਨਹੀਂ ਹੁੰਦੀ, ਪਰ ਉਹ ਆਪਣੇ ਤਰੀਕੇ ਦੇ ਨਾਲ ਖੁਦ ਨੂੰ ਕਲਾ ਦੇ ਸੇਵਕ ਜ਼ਰੂਰ ਦਰਸਾਉਣ ਦੀ ਕੋਸ਼ਿਸ਼ ਕਰਦੇ ਆ। ਵੈਸੇ ਨੈਤਿਕ ਵਿਗਾੜ ਆ ਜਿਹੜੇ ਉਹ ਹਰ ਖੇਤਰ ਦੇ ਵਿੱਚ ਆਏ ਆ। ਜੋ ਵਿਗਾੜ ਨੇ ਉਹ ਪੱਤਰਕਾਰਤਾ ਦੇ ਵਿੱਚ ਵੀ ਆ, ਉਹ ਵਿਗਾੜ ਡਾਕਟਰੀ ਕਿੱਤੇ ਦੇ ਵਿੱਚ ਵੀ ਆਏ, ਉਹ ਬਾਕੀ ਸਭ ਖੇਤਰਾਂ ਦੇ ਵਿੱਚ ਵੀ। ਪਰ ਕਿਉਂਕਿ ਕਲਾਕਾਰਾਂ ਨੂੰ ਅਸੀਂ ਮਾਰਗ ਦਰਸ਼ਕ ਮੰਨਦੇ ਹਾਂ, ਇਹਨਾਂ ਨੂੰ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਮੁੰਡੇ ਕੁੜੀਆਂ ਆਪਣੇ ਰੋਲ ਮਾਡਲ ਮੰਨਦੇ ਆ, ਇਸ ਕਰਕੇ ਇਹਨਾਂ ਦੇ ਵੱਲੋਂ ਕੀਤੀਆਂ ਜਾਂਦੀਆਂ ਹੋਸ਼ੀਆਂ ਅਤੇ ਗਲਤ ਗੱਲਾਂ ਸਭ ਨੂੰ ਪੀੜ ਦਿੰਦੀਆਂ। ਜਿਸ ਤਰੀਕੇ ਦੇ ਨਾਲ ਰੰਮੀ ਰੰਧਾਵਾ ਅਤੇ ਐਲੀ ਮਾਂਗਟ ਦੀ ਜੰਗ ਸੋਸ਼ਲ ਮੀਡੀਆ ਦੇ ਉੱਤੇ ਚੱਲੀ ਅਤੇ ਜਿਸ ਤਰੀਕੇ ਦੇ ਨਾਲ ਇਹ ਜੰਗ ਆ ਜਿਹੜੀ ਉਹ ਅਣਖ ਉਹ ਗੈਰਤ ਤੋਂ ਹੁੰਦੀ ਹੁੰਦੀ ਅਤੇ ਇਹ ਹੋਛੇਪਣ ਤੋਂ ਹੁੰਦੀ ਹੁੰਦੀ ਹੁਣ ਅਦਾਲਤ ਦਾ ਸਫ਼ਰ ਤੈਅ ਕਰ ਰਹੀ ਹੈ, ਉਹਦੇ ਬਾਬਤ ਮਨ ਦੇ ਵਿੱਚ 100 ਕਿਸਮ ਦੇ ਸਵਾਲ ਉਮੜ ਰਹੇ ਆ। ਮੈਨੂੰ ਨਾਲ ਦੀ ਨਾਲ ਹੈਰਾਨੀ ਇਸ ਗੱਲ ਦੀ ਹੁੰਦੀ ਸੀ ਕਿ ਤੁਸੀਂ ਇੱਥੇ ਇਕੱਠੇ ਹੋ ਕੇ ਆਓ, ਪੰਜਾਬੀਓ, ਆਪਾਂ ਉਹਨੂੰ ਜਵਾਬ ਦੇਣਾ। ਫਿਰ ਦੂਜਾ ਕਹਿੰਦਾ ਸੀ ਕਿ ਮੇਰੀ ਸਪੋਰਟ ਦੇ ਵਿੱਚ ਆਓ ਇੱਥੇ 88 ਸੈਕਟਰ ਦੇ ਵਿੱਚ। ਹੁਣ ਵੀ ਇਹ ਗੱਲ ਕਹੀ ਜਾਂਦੀ ਹੈ ਕਿ ਫਲਾਣੇ ਦੀ ਸਪੋਰਟ ਵਿੱਚ ਆਓ, ਫਲਾਣੇ ਦੀ ਸਪੋਰਟ ਦੇ ਵਿੱਚ ਆਓ। ਬੰਦਾ ਇੱਕ ਵਾਰ ਜਿਹੜਾ ਵੀ ਸਿਰ ਤੋਂ ਕੰਮ ਲੈਂਦਾ, ਉਹ ਇਹ ਜ਼ਰੂਰ ਸੋਚਦਾ ਕਿ ਇਹਨਾਂ ਦਾ ਸਮਾਜ ਦੇ ਲਈ ਕੀ ਯੋਗਦਾਨ ਹੈ, ਇਹਨਾਂ ਦੀ ਸਪੋਰਟ ਦੇ ਵਿੱਚ ਕੋਈ ਕਿਉਂ ਆਵੇ, ਐਲੀ ਮਾਂਗਟ ਹੋਵੇ ਜਾਂ ਕੋਈ ਹੋਰ ਹੋਵੇ, ਕਿਹੜੇ ਕਾਰਨ ਆ ਜਿਹਦੇ ਕਰਕੇ ਉਹ ਬੰਦਾ ਉਹਨਾਂ ਦੇ ਹੱਕ ਦੇ ਵਿੱਚ ਆਵੇ, ਜੇ ਤਾਂ ਕੋਈ ਸਮਾਜ ਦੇ ਲਈ ਕੰਮ ਕਰਦੇ ਹੋਣ, ਜੇ ਤਾਂ ਇਹ ਦੇਸ਼ ਦੇ ਲਈ ਕੋਈ ਬਾਤ ਪਾਉਂਦੇ ਹੋਣ। ਇਹਨਾਂ ਨੂੰ ਇਹ ਲੱਗੇ ਜੀ ਕਿ ਅਸੀਂ ਦੇਸ਼ ਦੇ ਲਈ, ਅਸੀਂ ਪੰਜਾਬ ਦੇ ਲਈ, ਅਸੀਂ ਸਮਾਜ ਦੇ ਲਈ ਕੰਮ ਕਰਦੇ ਹਾਂ, ਆਪਣੀ ਜ਼ਿੰਦਗੀ ਜ਼ੋਖਮ ਦੇ ਵਿੱਚ ਪਾ ਲਈ ਹੈ, ਫਿਰ ਤਾਂ ਲੋਕ ਨਿੱਠ ਕੇ ਅੱਗੇ ਆਉਣ। ਪਰ ਜੇਕਰ ਆਪਣੀ ਹੋਮੇ, ਆਪਣੀ ਫੁਕਰਗਰਦੀ ਦੇ ਚੱਕਰ ਦੇ ਵਿੱਚ ਲੜਾਈਆਂ ਲੜਨੀਆਂ ਤਾਂ ਕੋਈ ਇਹਨਾਂ ਦੀ ਮਦਦ ਦੇ ਵਾਸਤੇ ਕਿਉਂ ਨਿਤਰੇ। ਐਲੀ ਮਾਂਗਟ ਨੂੰ 14 ਦਿਨ ਦੀ ਹੁਣ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਅਤੇ ਰੰਮੀ ਰੰਧਾਵੇ ਦੇ ਬਾਬਤ ਹਾਲੇ ਖਬਰਾਂ ਘੱਟ ਆ ਰਹੀਆਂ। ਐਲੀ ਮਾਂਗਟ ਦੇ ਬਾਬਤ ਆਪਾਂ ਜਾਣਦੇ ਹਾਂ, ਪਹਿਲਾਂ 2 ਦਿਨ ਦੇ ਲਈ ਪੁਲਿਸ ਰਿਮਾਂਡ ਦੇ ਉੱਤੇ ਰੱਖਿਆ, ਫਿਰ ਉਹਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ, ਹੁਣ 14 ਦਿਨ ਦੀ ਨਿਆਇਕ ਹਿਰਾਸਤ ਦੇ ਵਿੱਚ ਰੋਪੜ ਦੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ। ਪਰ ਜਿਸ ਤਰੀਕੇ ਦੇ ਨਾਲ ਜੋ ਜੋ ਕੁਝ ਹੋਇਆ, ਕਈ ਲੋਕ ਕਹਿੰਦੇ ਆ ਕਿ ਰੰਮੀ ਰੰਧਾਵਾ ਗਾਇਬ ਆ, ਕਿਸੇ ਦੇ ਵੱਲੋਂ ਗੱਲ ਕਹੀ ਜਾ ਰਹੀ ਹੈ ਕਿ ਉਹਨੇ ਜ਼ਮਾਨਤ ਲਈ ਹੋਈ ਹੈ, ਕਿਸੇ ਨੇ ਕਿਹਾ ਕਿ ਉਹ ਭਗੌੜਾ ਹੋ ਗਿਆ। ਇਹ ਲੋਕਾਂ ਦੇ ਆਪੋ ਆਪਣੇ ਵਿਚਾਰ ਹੈ, ਪਰ ਹਾਲੇ ਤੱਕ ਖੁੱਲ੍ਹ ਕੇ ਜਾਣਕਾਰੀ ਮੁਕੰਮਲ ਸਾਹਮਣੇ ਇਸ ਮੁਤਲਕ ਨਹੀਂ ਆਈ। ਪਰ ਜਿਸ ਤਰੀਕੇ ਦੀ ਲੜਾਈ ਛਿੜੀ, ਜਿਸ ਤਰੀਕੇ ਦੇ ਨਾਲ ਇੱਕ ਦੂਜੇ ਬਾਬਤ ਗਾਲ ਦੁੱਪੜ ਕੀਤਾ, ਜਿਸ ਤਰੀਕੇ ਦੇ ਨਾਲ 88 ਸੈਕਟਰ ਨੂੰ ਜੰਗ ਦਾ ਮੈਦਾਨ ਬਣਾਉਣ ਦੀ ਕੋਸ਼ਿਸ਼ ਕੀਤੀ, ਉਹਦੇ ਬਾਬਤ ਅਸੀਂ ਇਹ ਗੱਲ ਜ਼ਰੂਰ ਕਹਿਣੀ ਚਾਹਾਂਗੇ ਕਿ ਮੋਹਾਲੀ ਦੀ ਪੁਲਿਸ ਦੇ ਵੱਲੋਂ ਸੋਹਣਾ ਅਤੇ ਵੇਲੇ ਸਿਰ ਪ੍ਰਬੰਧ ਕੀਤਾ ਗਿਆ ਸੀ, ਜਿਹੜਾ ਉਹਨੇ ਹੀ ਸਾਰਾ ਕੁਝ ਬਚਾ ਲਿਆ। ਨਹੀਂ ਤਾਂ ਹੋ ਸਕਦਾ ਕੋਈ ਅਣਸੁਖਾਵੀਂ ਘਟਨਾ ਵੀ ਵਾਪਰਦੀ। ਆਮ ਤੌਰ ਦੇ ਉੱਤੇ ਪੁਲਿਸ ਬਾਰੇ ਇਹ ਧਾਰਨਾ ਬਣੀ ਹੋਈ ਹੈ ਕਿ ਘਟਨਾ ਵਾਪਰਨ ਤੋਂ ਬਾਅਦ ਪਹੁੰਚਦੀ ਹੈ, ਪਰ ਐਤਕੀ ਘਟਨਾ ਵਾਪਰਨ ਤੋਂ ਪਹਿਲਾਂ ਪਹੁੰਚੀ, ਇਹ ਇੱਕ ਚੰਗੀ ਗੱਲ ਹੈ। ਸੋ ਪੰਜਾਬ ਦੇ ਗਾਉਣ ਵਾਲਿਆਂ ਨੂੰ ਇੱਕ ਬੇਨਤੀ ਹੈ ਕਿ ਤੁਸੀਂ ਆਪਣੇ ਕੰਮ ਦੇ ਨਾਲ ਖੁਦ ਨੂੰ ਸਾਬਤ ਕਰਕੇ ਦਿਖਾਓ। ਫੇਸਬੁੱਕ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਗਾਲ ਦੁੱਪੜ ਕਰਕੇ ਖੁਦ ਨੂੰ ਸਾਬਤ ਕਰਨ ਦੀ ਲੋੜ ਨਹੀਂ। ਪੰਜਾਬੀ ਗਾਇਕੀ ਕਿੱਥੋਂ ਤੁਰੀ ਸੀ, ਕਿੱਥੇ ਪਹੁੰਚ ਗਈ, ਅਤੇ ਅੱਜ ਵੀ ਜਿਹੜੇ ਲੋਕ ਕਹਿੰਦੇ ਆ, ਕਿਉਂਕਿ ਹੂੜ ਮੱਤੇ ਜੇ ਕੁਝ ਕੁ ਲੋਕ ਆ ਜਿਹੜੇ ਕਿਸੇ ਨੂੰ ਵੀ ਉਸਤਾਦ ਜੀ ਕਹਿ ਦਿੰਦੇ ਆ, ਉਹਨਾਂ ਨੂੰ ਬੇਨਤੀ ਇਹ ਆ ਜਿਹੜੇ ਗਾਉਣ ਵਾਲੇ ਆ ਕਿ ਇਹਨਾਂ ਉਸਤਾਦ ਜੀ ਕਹਿਣ ਵਾਲਿਆਂ ਦੇ ਚੱਕਰ ਦੇ ਵਿੱਚ, ਫੂਕ ਦੇ ਵਿੱਚ ਆਉਣ ਦੀ ਥਾਂ ਦੇ ਉੱਤੇ ਆਪਣੇ ਕੰਮ ਦੇ ਵੱਲ ਧਿਆਨ ਕੇਂਦਰਿਤ ਕਰਨਾ ਚਾਹੀਦਾ। ਜਿਹੜੇ ਉਸਤਾਦ ਜੀ ਕਹਿੰਦੇ ਆ, ਉਹ ਸਿੱਖਾਂ ਦੇ ਪਿੱਛੇ ਗਏ ਹੋਏ ਕਲਾਕਾਰ ਨੂੰ ਦਰਜਨ ਕੇਲਿਆਂ ਦੀ ਲੈ ਕੇ ਨਹੀਂ ਦਿੰਦੇ, ਬਾਅਦ ਦੇ ਵਿੱਚ ਇਹ ਸਾਰੀਆਂ ਖੁਦ ਨੂੰ ਭੁਗਤਣੀਆਂ ਪੈਣਗੀਆਂ। ਇਸ ਕਰਕੇ ਖੁਦ ਫੂਕ ਛਕਣ ਦੀ ਥਾਂ ਦੇ ਉੱਤੇ ਚੰਗੇ ਕੰਮ ਦੇ ਰਾਹੀਂ, ਸੁਚੱਜੀ ਸੋਚ ਦੇ ਰਾਹੀਂ, ਵਧੀਆ ਗੀਤ ਸੰਗੀਤ ਦੇ ਰਾਹੀਂ ਇੱਕ ਨਿੱਗਰ ਅਤੇ ਵੱਖਰੀ ਪਛਾਣ ਬਣਾਉਣ ਦੀ ਲੋੜ ਹੈ। ਅਤੇ ਜਿਹੜੇ ਲੋਕਾਂ ਨੇ ਅੱਜ ਤੱਕ ਇਹ ਪਛਾਣ ਬਣਾਈ ਹੈ, ਦੁਨੀਆ ਭਰ ਦੇ ਵਿੱਚ ਲੋਕ ਉਹਨਾਂ ਦੀ ਕਦਰ ਕਰਦੇ ਆ, ਇਹ ਕਿਸੇ ਨੂੰ ਦੱਸਣ ਅਤੇ ਪੁੱਛਣ ਦੀ ਲੋੜ ਨਹੀਂ ਹੈ। ਜਦੋਂ ਵੀ ਅਸੀਂ ਬਾਲੀਵੁੱਡ ਦੀ ਗੱਲ ਕਰਦੇ ਹਾਂ ਤਾਂ ਉੱਥੇ ਕਾਸਟਿੰਗ ਕਾਊਚ ਦੀ ਗੱਲ ਜ਼ਰੂਰ ਛਿੜਦੀ ਹੈ। ਬਹੁਤ ਸਾਰੀਆਂ ਹੀਰੋਇਨਾਂ ਨੇ ਸਮੇਂ ਸਮੇਂ 'ਤੇ ਇਹ ਗੱਲ ਕਹੀ ਹੈ ਕਿ ਕਾਸਟਿੰਗ ਕਾਊਚ ਯਾਨੀ ਕਿ ਕੰਮ ਬਦਲੇ ਸਮਝੌਤੇ ਲਈ ਸਾਨੂੰ ਫਲਾਣੇ ਨੇ ਆਹ ਗੱਲ ਕਹੀ, ਫਲਾਣੇ ਨੇ ਆਹ ਗੱਲ ਨਹੀਂ ਕਹੀ, ਫਲਾਣੀ ਗੱਲ ਜਿਹੜੀ ਹੋਈ ਆ ਉਹਨੇ ਸਾਨੂੰ ਅੰਦਰੋਂ ਚੀਰ ਦਿੱਤਾ, ਫਲਾਣੀ ਗੱਲ ਦੇ ਬਾਬਤ ਅਸੀਂ ਆਹ ਪ੍ਰਤੀਕਿਰਿਆ ਦਿੱਤੀ। ਇਹਦਾਂ ਦੀਆਂ ਖਬਰਾਂ ਸਮੇਂ ਸਮੇਂ ਦੇ ਉੱਤੇ ਆਈਆਂ, ਪਰ ਇਹ ਗੱਲ ਕੋਈ ਮੰਨੇ ਜਾਂ ਨਾ ਮੰਨੇ, ਘੱਟ ਜਾਂ ਵੱਧ ਪੰਜਾਬੀ ਸਿਨੇਮੇ ਦੇ ਉੱਤੇ ਵੀ ਲਾਗੂ ਹੁੰਦੀ ਹੈ। ਪਿਛਲੇ ਦਿਨੀ ਅਸੀਂ ਇੱਕ ਮਸ਼ਹੂਰ ਹੀਰੋਇਨ ਦੇ ਨਾਲ ਗੱਲ ਕੀਤੀ, ਉਹਨੇ ਕਿਹਾ ਜੀ ਕਿ ਮੈਨੂੰ ਵੀ ਅਸਿੱਧੇ ਤਰੀਕੇ ਦੇ ਨਾਲ ਕਈ ਵਾਰ ਕਈ ਕੁਝ ਕਿਹਾ ਗਿਆ ਸੀ ਜਦੋਂ ਨਵੀਂ ਸੀ ਫਿਲਮੀ ਖੇਤਰ ਦੇ ਵਿੱਚ, ਪਰ ਮੈਂ ਆਪਣੇ ਅਕੀਦੇ ਤੋਂ ਨਹੀਂ ਭਟਕੀ, ਮੈਂ ਆਪਣੀ ਦ੍ਰਿੜਤਾ ਦਾ ਪੱਲਾ ਨਹੀਂ ਛੱਡਿਆ ਅਤੇ ਮੈਂ ਡਾਵਾਂਡੋਲ ਨਹੀਂ ਹੋਈ, ਮੈਂ ਬਿਲਕੁਲ ਇੱਦਾਂ ਦੀ ਗੱਲ ਇੱਦਾਂ ਦਾ ਸਮਝੌਤਾ ਨਹੀਂ ਕੀਤਾ। ਇਸੇ ਕਰਕੇ ਮੇਰੀ ਪਛਾਣ ਇੱਕ ਅਡਰੇ ਤਰੀਕੇ ਦੀ ਬਣੀ ਆ। ਜੇ ਅਸੀਂ ਗੱਲ ਕਰਦੇ ਹਾਂ ਪੰਜਾਬੀ ਸਿਨੇਮੇ ਦੇ ਨਾਲ ਜੁੜੇ ਨਿਰਮਾਤਾਵਾਂ ਦੀ,
ਤਾਂ ਪਿਛਲੇ ਦਿਨੀ ਆਪਾਂ ਜਾਣਦੇ ਸਾਰੇ ਕਿਉਂਕਿ ਜਿਹੜੇ ਦਰਸ਼ਕ ਅਖਬਾਰਾਂ ਦੇ ਨਾਲ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਆ ਉਹਨਾਂ ਨੂੰ ਸ਼ਾਇਦ ਚੇਤੇ ਹੋਵੇ ਕਿ ਗੁਣਬੀਰ ਸਿੰਘ ਸਿੱਧੂ ਅਤੇ ਸਨੀ ਸਿੱਧੂ ਇਹਨਾਂ ਦੀ ਜੋੜੀ ਦੇ ਵੱਲੋਂ ਬਹੁਤ ਸਾਰੀਆਂ ਬਾਕਮਾਲ ਫਿਲਮਾਂ ਬਣਾਈਆਂ ਗਈਆਂ ਵਾਈਟ ਹਿੱਲ ਸਟੂਡੀਓ ਦੇ ਬੈਨਰ ਦੇ ਹੇਠ। ਗੁਣਬੀਰ ਸਿੰਘ ਸਿੱਧੂ ਦੇ ਨਾਂ ਦੀ ਵਰਤੋਂ ਕਰਕੇ ਇੱਕ ਵਿਅਕਤੀ ਦੇ ਵੱਲੋਂ ਕੁੜੀਆਂ ਨੂੰ ਫੋਨ ਕੀਤੇ ਜਾਂਦੇ ਸੀ ਕਿ ਮੈਂ ਗੁਣਬੀਰ ਸਿੰਘ ਬੋਲਦਾ, ਮੈਂ ਅਗਲੀ ਫਿਲਮ ਇਸ ਕਲਾਕਾਰ ਦੇ ਨਾਲ ਬਣਾਉਣੀ ਹੈ, ਮੈਂ ਆਹ ਕੰਮ ਕਰ ਚੁੱਕਿਆ, ਮੈਂ ਇਹਦੇ ਵੀਡੀਓ ਤਿਆਰ ਕਰਨੀ ਹੈ, ਜੇਕਰ ਤੁਸੀਂ ਉਹਦੇ ਵਿੱਚ ਕੰਮ ਕਰਨਾ ਤਾਂ ਮੇਰੇ ਨਾਲ ਸਮਝੌਤਾ ਕਰਨਾ ਪੈਣਾ, ਮੇਰੇ ਨਾਲ ਕੰਪਰੋਮਾਈਜ਼ ਕਰਨਾ ਪੈਣਾ। ਹੌਲੀ ਹੌਲੀ ਇਸ ਗੱਲ ਦੀ ਜਾਣਕਾਰੀ ਯਾਨੀ ਕਿ ਕੁਝ ਕੁ ਕੁੜੀਆਂ ਨੇ, ਕੁਝ ਕੁ ਹੀਰੋ ਇਹਨਾਂ ਨੇ ਸਕਰੀਨਸ਼ੋਟ ਲੈ ਕੇ ਜੋ ਵਟਸਐਪ 'ਤੇ ਗੱਲਾਂ ਹੁੰਦੀਆਂ ਸੀ ਉਹ ਅਸਲੀ ਗੁਣਬੀਰ ਸਿੰਘ ਨੂੰ ਵੀ ਭੇਜ ਦਿੱਤੀਆਂ। ਉਸ ਤੋਂ ਬਾਅਦ ਅਸਲੀ ਗੁਣਬੀਰ ਸਿੰਘ ਸਿੱਧੂ ਦੇ ਵੱਲੋਂ ਮੋਹਾਲੀ ਦੀ ਪੁਲਿਸ ਕੋਲੇ ਸ਼ਿਕਾਇਤ ਕੀਤੀ ਗਈ ਅਤੇ ਉਸ ਤੋਂ ਬਾਅਦ ਜਿਹੜਾ ਵਿਅਕਤੀ ਇੱਦਾਂ ਦੀਆਂ ਹਰਕਤਾਂ ਕਰਦਾ ਸੀ, ਜਿਹੜਾ ਕੁੜੀਆਂ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰਦਾ ਸੀ, ਉਹਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਉਹ ਦਿੱਲੀ ਦਾ ਵਾਸੀ ਹੈ ਅਤੇ ਉਬੈਦ ਅਫਰੀਕੀ ਉਦਾਨਾ ਉਹ ਇੱਕ ਸ਼ੂਟਿੰਗ ਦੇ ਵਿੱਚ ਬਿਜ਼ੀ ਸੀ ਜਦੋਂ ਪੁਲਿਸ ਨੇ ਉਹਨੂੰ ਜਾ ਕੇ ਗ੍ਰਿਫਤਾਰ ਕੀਤਾ। ਯਾਨੀ ਕਿ ਇਹ ਵੀ ਹੋ ਸਕਦਾ ਸੀ ਕਿ ਜੇਕਰ ਵੇਲੇ ਸਿਰ ਨਾ ਪਤਾ ਲੱਗਦਾ ਅਸਲ ਗੁਣਬੀਰ ਸਿੰਘ ਸਿੱਧੂ ਨੂੰ ਤਾਂ ਕੋਈ ਬਹੁਤ ਵੱਡੀ ਇਹੋ ਜਿਹੀ ਘਟਨਾ ਵਾਪਰ ਜਾਂਦੀ, ਹੋ ਸਕਦਾ ਕੋਈ ਬਹੁਤ ਵੱਡਾ ਦੋਸ਼ ਲੱਗ ਜਾਂਦਾ ਕਿ ਗੁਣਬੀਰ ਸਿੰਘ ਦੇ ਵੱਲੋਂ ਆਹ ਕੁਝ ਕੀਤਾ ਗਿਆ। ਸੋ ਵੇਲੇ ਸਿਰ ਇਹਦੇ ਬਾਬਤ ਪਤਾ ਲੱਗ ਗਿਆ, ਸੋ ਤੁਹਾਡੇ ਵੀ ਨਾਂ ਦੀ ਕੋਈ ਦੁਰਵਰਤੋਂ ਨਾ ਕਰ ਸਕੇ ਇਹਦੇ ਲਈ ਚੁਕੰਨੇ ਰਹਿਣ ਦੀ ਬਹੁਤ ਵੱਡੀ ਜ਼ਰੂਰਤ ਹੈ। ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਧਰਮਿੰਦਰ ਨੇ ਜਿਸ ਤਰੀਕੇ ਨਾਲ ਸੰਘਰਸ਼ ਕੀਤਾ, ਜਿਸ ਤਰੀਕੇ ਦੀਆਂ ਪ੍ਰਾਪਤੀਆਂ ਆਪਾਂ ਸਾਰੇ ਸਾਰਾ ਕੁਝ ਜਾਣਦੇ ਹਾਂ। ਧਰਮਿੰਦਰ ਦੀ ਤੀਜੀ ਪੀੜ੍ਹੀ ਹੁਣ ਸਿਨੇਮੇ ਦੇ ਨਾਲ ਜੁੜੀ ਹੋਈ ਹੈ। ਆਪਾਂ ਜਾਣਦੇ ਹਾਂ ਕਿ ਕਰਨ ਦਿਓਲ ਦੀ ਫਿਲਮ ਆਉਣੀ ਆ ਆਉਂਦੇ ਦਿਨਾਂ ਦੇ ਵਿੱਚ, ਪਲ ਪਲ ਦਿਲ ਕੇ ਪਾਸ। ਇਸ ਫਿਲਮ ਦੇ ਪ੍ਰਚਾਰ ਦੇ ਵਿੱਚ ਪਿਓ ਵੀ ਅਤੇ ਦਾਦਾ ਵੀ ਸਾਰੇ ਜਾਣੇ ਨਿੱਠ ਕੇ ਲੱਗੇ ਹੋਏ ਆ। ਇਹ ਫਿਲਮ ਕਿੰਨੀ ਕੁ ਕਾਮਯਾਬੀ ਹਾਸਲ ਕਰੂ ਕੋਈ ਭਵਿੱਖਬਾਣੀ ਨਹੀਂ ਕਰ ਸਕਦੇ, ਪਰ ਪਿਛਲੇ ਦਿਨੀ ਇੱਕ ਰਿਐਲਿਟੀ ਸ਼ੋਅ ਦੇ ਵਿੱਚ ਧਰਮਿੰਦਰ ਬਤੌਰ ਮੁੱਖ ਮਹਿਮਾਨ ਪਹੁੰਚੇ। ਉੱਥੇ TV ਚੈਨਲ ਦੇ ਵੱਲੋਂ ਪ੍ਰਬੰਧ ਕੀਤਾ ਗਿਆ ਸੀ ਕਿ ਉਹਨਾਂ ਦੇ ਬਚਪਨ ਤੋਂ ਲੈ ਕੇ ਹੁਣ ਤੱਕ ਦੇ ਸਫ਼ਰ ਨੂੰ ਪੇਸ਼ ਕਰਨਾ। ਇੱਕ ਸੰਖੇਪ ਵੀਡੀਓ ਦੇ ਰਾਹੀਂ ਉਹ ਪੁਲ ਵੀ ਦਿਖਾਇਆ ਗਿਆ ਜਿੱਥੇ ਬੈਠ ਕੇ ਅਦਾਕਾਰੀ ਦੀ ਕੋਸ਼ਿਸ਼ ਕਰਦੇ ਸੀ ਧਰਮਿੰਦਰ। ਉਹ ਬਚਪਨ, ਉਹ ਗੁਰਬਤ, ਉਹ ਸੰਘਰਸ਼, ਉਹ ਦੋਸਤ, ਉਹ ਮਿੱਤਰ, ਉਹ ਗਲੀਆਂ, ਸਾਰਾ ਕੁਝ ਇਸ ਵੀਡੀਓ ਦੇ ਵਿੱਚ ਪੇਸ਼ ਕੀਤਾ ਗਿਆ ਅਤੇ ਇਸ ਸਭ ਕੁਝ ਨੂੰ ਦੇਖ ਕੇ ਧਰਮਿੰਦਰ ਹੋਰੀ ਸੱਚੀ ਬੇਹੱਦ ਭਾਵੁਕ ਹੋ ਗਏ। ਉਹਨਾਂ ਨੇ ਇਹ ਗੱਲ ਕਹੀ ਕਿ ਪਿੰਡ ਦਾ ਸਕੂਲ ਦੇਖ ਕੇ, ਮਨਪਸੰਦ ਮਠਿਆਈਆਂ ਦੀ ਦੁਕਾਨ ਦੇਖ ਕੇ, ਉਹ ਪੁਲੀ ਜਿੱਥੇ ਬਚਪਨ ਦੇ ਵਿੱਚ ਬੈਠ ਕੇ ਮੈਂ ਸਟਾਰ ਬਣਨ ਦਾ ਸੁਪਨਾ ਦੇਖਦਾ ਸੀ, ਮੈਂ ਇਹ ਸਭ ਕੁਝ ਨੂੰ ਅੱਜ ਦੇਖ ਕੇ ਬੇਹੱਦ ਭਾਵੁਕ ਹੋ ਗਿਆ ਅਤੇ ਧਰਮਿੰਦਰ ਦੀਆਂ ਅੱਖਾਂ ਦੇ ਵਿੱਚ ਅੱਥਰੂ ਦੇਖ ਕੇ ਹਾਜ਼ਰੀਨ ਕਈ ਲੋਕ ਵੀ ਉੱਥੇ ਖਾਸੇ ਭਾਵੁਕ ਹੋਏ। ਕਲਕੱਤੇ ਦੇ ਰੇਲਵੇ ਸਟੇਸ਼ਨ ਦੇ ਉੱਤੇ ਮੰਗ ਕੇ ਗੁਜ਼ਾਰਾ ਕਰਨ ਵਾਲੀ ਰਾਣੂ ਮੰਡਲ ਦੇ ਮੁਤਲਕ ਖਬਰਾਂ ਹਰ ਰੋਜ਼ ਕਈ ਕਿਸਮ ਦੀਆਂ ਆ ਰਹੀਆਂ। ਉਹਦਾ ਪਹਿਲਾ ਗਾਣਾ ਰਿਕਾਰਡ ਹੋਇਆ, ਰਿਲੀਜ਼ ਹੋਇਆ, ਬੇਹੱਦ ਚਰਚਾ ਹੋਈ, ਬੜੀ ਸੋਹਣੀ ਗੱਲ ਹੈ। ਸੋਸ਼ਲ ਮੀਡੀਆ ਦੇ ਵੱਲੋਂ ਕਈ ਲੋਕਾਂ ਨੂੰ ਸੋਹਣਾ ਪਲੇਟਫਾਰਮ ਮੁਹੱਈਆ ਕਰਵਾਇਆ ਗਿਆ, ਉਹਨਾਂ ਦੀ ਇੱਕ ਵੱਖਰੀ ਪਛਾਣ ਬਣੀ, ਉਹਨਾਂ ਦੀ ਗੁਰਬਤ ਆ ਜਿਹੜੀ ਉਹ ਦੂਰ ਹੋਈ, ਲੋਕਾਂ ਨੇ ਉਹਨਾਂ ਨੂੰ ਬਹੁਤ ਮੁਹੱਬਤ ਦਿੱਤੀ। ਇਸ ਗੱਲ ਦੇ ਲਈ ਸਭ ਦਾ ਧੰਨਵਾਦ ਕਰਨਾ ਚਾਹੀਦਾ ਅਤੇ ਸੋਸ਼ਲ ਮੀਡੀਆ ਦਾ ਵੀ। ਪਰ ਜਿਸ ਤਰੀਕੇ ਦੇ ਨਾਲ ਰਾਣੂ ਮੰਡਲ ਦੇ ਮੁਤਲਕ ਖਬਰਾਂ ਆ ਰਹੀਆਂ ਕਿ ਉਹਨੂੰ ਹੁਣ ਲਗਾਤਾਰ ਫਿਲਮਾਂ ਦੀਆਂ ਪੇਸ਼ਕਸ਼ਾਂ ਹੋ ਰਹੀਆਂ ਬਤੌਰ ਗਾਇਕਾ, ਬਹੁਤ ਸਾਰੇ ਜੋ ਸੰਗੀਤਕਾਰ ਨੇ ਉਹ ਉਹਦੇ ਨਾਲ ਕੰਮ ਕਰਨ ਦੇ ਚਾਹਵਾਨ ਨੇ, ਇਹ ਇੱਕ ਹੋਰ ਵੱਖਰੀ ਪ੍ਰਾਪਤੀ ਹੈ, ਬਹੁਤ ਵਧੀਆ ਅਤੇ ਸੋਹਣੀ ਗੱਲ ਹੈ। ਪਰ ਇਹ ਪਿਛਲੇ ਦਿਨੀ ਗੱਲ ਕਹੀ ਸੀ ਲਤਾ ਮੰਗੇਸ਼ਕਰ ਹੋਰਾਂ ਨੇ, ਉਹਨਾਂ ਨੇ ਕਿਹਾ ਜੀ ਕਿ ਰਾਣੂ ਮੰਡਲ ਹੋਵੇ ਜਾਂ ਕੋਈ ਹੋਰ ਹੋਵੇ, ਭਾਵੇਂ ਤੁਸੀਂ ਕਿਸ਼ੋਰ ਦਾ ਦੇ ਗੀਤ ਗਾਓ, ਭਾਵੇਂ ਤੁਸੀਂ ਕਿਸੇ ਵੀ ਹੋਰ ਦੇ ਗਾਉਂਦੇ ਹੋ, ਮੇਰੇ ਗਾਉਂਦੇ ਹੋ, ਆਸ਼ਾ ਭੌਂਸਲੇ ਦੇ ਗਾਉਂਦੇ ਹੋ, ਤੁਸੀਂ ਨੁਸਰਤ ਫਤਿਹ ਅਲੀ ਖਾਨ ਦੇ ਗਾਉਂਦੇ ਹੋ, ਇੱਕ ਵਾਰ ਤੁਹਾਨੂੰ ਇਹ ਪਛਾਣ ਦੇ ਦਿੰਦੇ ਆ, ਪਰ ਇਹ ਪਛਾਣ ਪੱਕੀ ਨਹੀਂ ਹੁੰਦੀ। ਇਸ ਕਰਕੇ ਰਾਣੂ ਮੰਡਲ ਨੂੰ ਆਪਣੇ ਗੀਤ ਗਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਦੂਜਿਆਂ ਦੇ ਗੀਤ ਗਾ ਕੇ ਲੰਮਾ ਸਮਾਂ ਤੁਸੀਂ ਕਾਮਯਾਬੀ ਨਹੀਂ ਹਾਸਲ ਕਰ ਸਕਦੇ, ਲਗਾਤਾਰ ਪਛਾਣ ਆਪਣੀ ਬਰਕਰਾਰ ਨਹੀਂ ਰੱਖ ਸਕਦੇ। ਹੁਣ ਜਾਣਕਾਰੀ ਇਹ ਪ੍ਰਾਪਤ ਹੋਈ ਹੈ ਕਿ ਹਿਮੇਸ਼ ਰੇਸ਼ਮੀਆਂ ਨੇ ਇਸ ਪ੍ਰਤੀਕਿਰਿਆ ਦੇ ਉੱਤੇ ਨਵੀਂ ਪ੍ਰਤੀਕਿਰਿਆ ਦਿੱਤੀ ਹੈ, ਕਿਉਂਕਿ ਬਹੁਤ ਸਾਰੇ ਲੋਕਾਂ ਨੇ ਇਹ ਗੱਲ ਕਹੀ ਸੀ ਕਿ ਲਤਾ ਮੰਗੇਸ਼ਕਰ ਨੂੰ ਇੱਦਾਂ ਨਹੀਂ ਕਹਿਣਾ ਚਾਹੀਦਾ, ਜੇਕਰ ਕਿਸੇ ਦੀ ਗੁਰਬਤ ਨਿਕਲ ਰਹੀ ਹੈ, ਜੇਕਰ ਕੋਈ ਤੁਹਾਡੇ ਗੀਤ ਗਾ ਗਾ ਕੇ ਪੱਕੇ ਪੈਰੀ ਹੋ ਰਿਹਾ ਤਾਂ ਤੁਹਾਨੂੰ ਉਹਦਾ ਧੰਨਵਾਦ ਵੀ ਕਰਨਾ ਚਾਹੀਦਾ, ਤੁਹਾਨੂੰ ਉਹਦਾ ਪਿਆਰ ਵੀ ਦੇਣਾ ਚਾਹੀਦਾ, ਤੁਹਾਨੂੰ ਉਹਨੂੰ ਆਸ਼ੀਰਵਾਦ ਦੇਣਾ ਚਾਹੀਦਾ। ਪਰ ਹਿਮੇਸ਼ ਰੇਸ਼ਮੀਆਂ ਨੇ ਇਹ ਗੱਲ ਕਹੀ ਆ ਕਿ ਗਲਤ ਗੱਲ ਨਹੀਂ ਕਹੀ ਲਤਾ ਮੰਗੇਸ਼ਕਰ ਜੀ ਨੇ, ਉਹਨਾਂ ਨੇ ਜੋ ਕਿਹਾ ਅਤੇ ਜਿਹੜੇ ਪ੍ਰਸੰਗ ਦੇ ਵਿੱਚ ਕਿਹਾ ਇਹ ਸਾਨੂੰ ਸਮਝਣ ਦੀ ਜ਼ਰੂਰਤ ਹੈ। ਹਰ ਗੱਲ ਦੇ ਅਰਥ ਉਵੇਂ ਨਹੀਂ ਕੱਢਣੇ ਚਾਹੀਦੇ ਜਿਵੇਂ ਸਾਨੂੰ ਠੀਕ ਲੱਗਦੇ ਆ, ਜਿਵੇਂ ਸਾਡੀ ਬੌਧਿਕਤਾ ਦੇ ਮੁਤਾਬਕ ਨਿਕਲਦੇ ਆ। ਉਹਨਾਂ ਨੇ ਇਹ ਗੱਲ ਕਹੀ ਕਿ ਪਛਾਣ ਬਣਨੀ ਵੀ ਬੜੀ ਜ਼ਰੂਰੀ ਹੈ ਅਤੇ ਪਛਾਣ ਪੱਕੀ ਰਹਿਣੀ ਵੀ ਬੜੀ ਜ਼ਰੂਰੀ ਹੈ, ਅਤੇ ਪੱਕੀ ਪਛਾਣ ਦੇ ਲਈ ਕੁਝ ਆਪਣਾ ਵੱਖਰਾ ਕਰਨਾ ਪੈਣਾ, ਕਿਸੇ ਹੋਰ ਦੇ ਗੀਤ ਗਾ ਗਾ ਕੇ ਨਹੀਂ। ਇਸ ਕਰਕੇ ਉਹਨਾਂ ਨੇ ਉੱਤਰ ਉਹਨਾਂ ਲੋਕਾਂ ਨੂੰ ਦਿੱਤਾ ਜਿਹੜੇ ਲਤਾ ਮੰਗੇਸ਼ਕਰ ਦੇ ਉੱਤੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਪਿਛਲੇ ਕਈ ਦਿਨਾਂ ਤੋਂ ਕਰ ਰਹੇ ਸੀ। ਸੋ ਦੋਸਤੋ, ਖਬਰਾਂ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਰੁਕਣ ਦਾ ਇਸ਼ਾਰਾ ਕਰ ਰਹੀ ਹੈ, ਅਗਲੇ ਹਫ਼ਤੇ ਮਨੋਰੰਜਕ ਦੁਨੀਆ ਤਹਿਤ ਕੁਝ ਹੋਰ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ, ਬਹੁਤ ਬਹੁਤ ਮਿਹਰਬਾਨੀ।